ਮੇਰੇ ਹੱਥ ਦੇ ਵਿੱਚ ਬਈ ਘਿਓ ਵਾਲਾ ਟੀਨ ਦਾ ਪੀਪਾ, ਜਦੋਂ ਇਹਦੇ ਵਿੱਚੋਂ ਘਿਓ ਖਤਮ ਹੋ ਜਾਂਦਾ ਆਪਾਂ ਇਹਨੂੰ ਸਿੱਟ ਦਿੰਦੇ ਹਾਂ ਜਾਂ ਕਬਾੜ ਦੇ ਵਿੱਚ ਵੇਚ ਦਿੰਦੇ ਹਾਂ, ਪਰ ਇਹਦਾ ਨਾ ਬਾਈ ਫਾਇਦਾ ਲੈ ਰਿਹਾ ਬਹੁਤ ਵੱਡਾ, ਅਤੇ ਤੁਸੀਂ ਦੇਖ ਕੇ ਵੀ ਹੈਰਾਨ ਰਹਿ ਜਾਓਗੇ ਵੀ ਕੀ ਫਾਇਦਾ ਲੈ ਰਿਹਾ। ਆ ਜੋ ਤੁਹਾਨੂੰ ਦਿਖਾਵਾਂ ਬਈ, ਆਹ ਦੇਖੋ ਲੇਲੈਂਡ ਦੇ ਟਰੱਕ ਆ ਗਏ, ਟਾਟਾ ਦਾ ਟਰੱਕ ਬਈ ਬਣਾਇਆ, ਟਾਟਾ ਦਾ ਲੋਗੋ ਲਾ ਕੇ ਉਵੇਂ, ਹੈ ਨਾ। ਅਤੇ ਯਾਰ ਕੋਈ ਜੇ ਮੈਂ ਕਹਿੰਦਾ ਕਹਿ ਵੀ ਦੇਵੇ ਨਾ ਕੋਈ ਇੱਕ ਵਾਰ ਕਹੇ ਤਾਂ ਵੀ ਇਹ ਵੀ ਟਾਟਾ ਦੀ ਅਫੀਸ਼ੀਅਲ ਕੰਪਨੀ 'ਚ ਆਉਂਦਾ ਉਹ ਮਾਡਲ ਬਣ ਕੇ, ਪਰ ਇਹ ਨਹੀਂ ਗਾ। ਪਹਿਲਾਂ ਮੈਂ ਤੁਹਾਨੂੰ ਚੀਜ਼ਾਂ ਦਿਖਾਉਣਾ ਜਿਹੜੀਆਂ ਨੇ ਬਣਾਈਆਂ। ਇੱਧਰਲੇ ਪਾਸੇ ਬਈ ਦਿਖਾ, ਆਹ ਟੋਕਾ ਲੱਗਿਆ ਹੋਇਆ, ਨਾਲ ਬਈ ਜਨਰੇਟਰ ਲਾਇਆ ਹੋਇਆ, ਉਧਰਲੇ ਪਾਸੇ ਮੋਟਰ ਵਾਲਾ ਕੋਠਾ ਬਣਾਇਆ ਹੋਇਆ। ਅਤੇ ਬਈ ਆਹ ਦੇਖੋ ਜਿਹੜੀ ਮੈਨੂੰ ਸਭ ਤੋਂ ਘੈਂਟ ਚੀਜ਼ ਲੱਗੀ ਆ, ਆਹ ਟਰਾਲਾ। ਕਿੰਨੇ ਚੱਕੀ ਆ ਬਈ ਇਹ? 12 ਚੱਕੀ ਆ ਵੀਰੇ। 12 ਚੱਕੀ ਟਰਾਲਾ, ਅਤੇ ਬਾਈ ਨਾਲ ਵੀ ਗੱਲਬਾਤ ਕਰਾਉਣੀ ਆ ਤੁਹਾਡੀ ਬਈ। ਟਾਟਾ ਦਾ ਇਹ ਆ ਯਾਰ, ਇਕੱਲਾ ਇਕੱਲਾ ਤੁਸੀਂ ਇੰਨੀ ਕੁ ਬਰੀਕੀ ਨਾਲ ਲਾ ਲਓ ਵੀ ਟਾਟਾ ਦਾ ਜਿਹੜਾ ਲੋਗੋ ਆਉਂਦਾ ਨਾ, ਟਾਟਾ ਲਿਖਿਆ ਆਉਂਦਾ, ਉਹਦੇ ਵਿੱਚ ਵੀ ਯਾਰ ਤੁਹਾਨੂੰ ਇਹ ਨਹੀਂ ਲੱਗੂਗਾ ਵੀ ਇਹ ਜਾਲੀ ਜਾਂ ਕਿਵੇਂ ਵੀ ਬਣਾਇਆ ਹੋਇਆ। ਤੁਹਾਨੂੰ ਇੱਕ ਵਾਰ ਤਾਂ ਤੁਹਾਨੂੰ ਇਹ ਝਲਕ ਪਊਗੀ ਵੀ ਟਾਟਾ ਦੀ ਕੰਪਨੀ ਦੇ ਵਿੱਚੋਂ ਵੀ ਟਰਾਲਿਆਂ ਨਾਲ ਮਾਡਲ ਮਿਲਦੇ ਆ, ਪਰ ਇਹ ਸਿਰਫ ਜਿਹੜਾ ਪੀਪਾ ਪਿਆ ਨਾ ਆਪਣੇ ਕੋਲ ਇਹਦਾ ਤਿਆਰ ਹੁੰਦਾ ਵਾ। ਅਤੇ ਆਹ ਦੇਖ ਸਕਦੇ ਤੁਸੀਂ ਯਾਰ, ਇਕੱਲੀ ਇਕੱਲੀ ਚੀਜ਼ ਇਹਦੇ ਵਿੱਚ ਕਰੀ ਆ, ਅਤੇ ਬਾਕੀ ਮੈਂ ਬਾਰੀਆਂ ਖੋਲਦੀਆਂ ਦਿਖਾਉਣਾ, ਬਾਰੀਆਂ ਖੋਲਦੀਆਂ ਵੀ ਕੀਤੀਆਂ ਹੋਈਆਂ ਬਾਈ ਨੇ। ਇੱਧਰਲੇ ਪਾਸੇ ਜਿਵੇਂ ਆਪਣਾ ਟਰੱਕ ਆ ਗਿਆ, ਇਕੱਲੀ ਇਕੱਲੀ ਚੀਜ਼ ਬਾਰੇ ਨਾ ਤੁਹਾਨੂੰ ਡਿਟੇਲ 'ਚ ਦੱਸਾਂਗੇ, ਬਾਕੀ ਪਹਿਲਾਂ ਮੈਂ ਤੁਹਾਨੂੰ ਦਿਖਾ ਦੇਣਾ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਬਣਾਈਆਂ। ਇੱਧਰਲੇ ਪਾਸੇ ਵੀ ਆਹ ਦਿਖਾ ਦੀ, ਆ ਜਿਵੇਂ ਆਪਣਾ ਤੇਲ ਤੂਲ ਵਾਲਾ ਟਰੱਕ ਹੋ ਗਿਆ ਨਾ, ਉਹ ਬਣਾਇਆ ਹੋਇਆ ਯਾਰ। ਅਤੇ ਮੰਨ ਕੇ ਚਲੋ ਕੁੱਲ ਮਿਲਾ ਕੇ, ਅਤੇ ਆਹ ਜਿਹੜਾ ਪਿੰਡਾਂ ਦੇ ਵਿੱਚ ਆਪਣੇ ਚੱਲਦੇ ਹੁੰਦੇ, ਸ਼ਹਿਰਾਂ ਤੋਂ ਪਿੰਡ ਦੇ ਵਿੱਚ ਜਾਣ ਨੂੰ ਟੈਂਪੂ ਚੱਲਦੇ ਹੁੰਦੇ, ਉਹ ਬਣਾਏ ਹੋਏ ਆ। ਫਿਰ ਆਸ਼ਾ ਟਰੈਕਟਰ ਹੋ ਗਿਆ, ਫਿਰ ਜੀਪ ਬਣਾਈ ਆ, ਫਿਰ 61 ਬਣਾਇਆ, ਫਿਰ ਨਿਊ ਹੋਲੈਂਡ ਬਣਾਇਆ ਹੋਇਆ, ਇੱਧਰਲੇ ਪਾਸੇ ਦੇਖ ਸਕਦੇ ਤੁਸੀਂ, ਹੈ ਨਾ। ਅਤੇ ਟੋਕਾ ਬਣਾਇਆ ਹੋਇਆ, ਫਿਰ ਬਈ ਆ ਕਰਾਹ ਕਰੂਹ ਬਣਾਇਆ ਹੋਇਆ, ਟਰਾਲੀ ਬਣਾਈ ਹੋਈ ਆ, ਅਤੇ ਇੱਧਰਲੇ ਪਾਸੇ ਦੇਖ ਸਕਦੇ ਰੀਪਰ ਬਣਾਇਆ ਹੋਇਆ। ਹੁਣ ਮੈਂ ਤੁਹਾਨੂੰ ਮਿਲਾਉਣਾ ਬਾਈ ਨਾਲ ਜਿਹੜਾ ਇਹ ਚੀਜ਼ਾਂ ਬਣਾਉਂਦਾ, ਅਤੇ ਇੱਧਰਲੇ ਪਾਸੇ ਤੂੜੀ ਵਾਲੀ ਟਰਾਲੀ ਵੀ ਦਿਖਾ ਦੀ ਬਾਈ ਬਣਾਈ ਹੋਈ। ਅਤੇ ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ। ਆਪਣਾ ਪਿੰਡ ਕਿਹੜਾ ਬਾਈ ਪਹਿਲਾਂ ਤਾਂ? ਪਿੰਡ ਵੀਰ ਆਪਣਾ ਬਰਸਾਲਪੁਰ ਆ, ਸ਼ਹਿਰ ਚਮਕੌਰ ਸਾਹਿਬ। ਪਿੰਡ ਬਰਸਾਲਪੁਰ, ਸ਼ਹਿਰ ਚਮਕੌਰ ਸਾਹਿਬ, ਠੀਕ ਹੈ ਜੀ। ਅਤੇ ਬਾਈ ਕਿੰਨਾ ਕੁ ਟਾਈਮ ਤੋਂ ਕਰ ਰਹੇ ਹੋ ਇਹ ਕੰਮ? ਇਹ ਵੀਰੇ 20 ਸਾਲ ਹੋ ਗਏ ਸਾਨੂੰ ਤਿਆਰ ਕਰਦੇ ਨੂੰ ਟਰੱਕ। 20 ਸਾਲ ਕਰੀ ਕਰਦੇ ਹੋ ਬਾਈ? ਹਾਂਜੀ। ਨਾਲ ਕੌਣ ਹੁੰਦਾ ਤੁਹਾਡੇ ਤਿਆਰ ਕਰਨ? ਮੇਰੇ ਵੀਰੇ ਡੈਡੀ ਕਰਦੇ ਤਿਆਰ। ਅੱਛਾ, ਤੁਹਾਡੇ ਡੈਡੀ ਕਰਦੇ? ਹਾਂਜੀ, ਠੀਕ ਆ। ਅਤੇ ਇਹਨੂੰ ਬਾਈ ਜਿਵੇਂ ਆਹ ਟਰਾਲਾ ਤੁਸੀਂ ਤਿਆਰ ਕੀਤਾ ਯਾਰ, ਸਭ ਤੋਂ ਘੈਂਟ ਤਾਂ ਇਹੀ ਚੀਜ਼ ਲੱਗੀ ਮੈਨੂੰ ਵੀ, ਕਿੰਨਾ ਟਾਈਮ ਇਹਨੂੰ ਤਿਆਰ ਕਰਨ ਲੱਗ ਜਾਂਦਾ? ਇਹਨੂੰ ਵੀਰੇ ਘੱਟੋ ਘੱਟ ਯਾਨੀ ਕਿ 10-20 ਦਿਨ ਲੱਗ ਜਾਂਦੇ ਆ। 10-20 ਦਿਨ ਬਾਈ? ਪਹਿਲਾਂ ਤਾਂ ਯਾਰ ਇਹਨੂੰ ਦਿਖਾ, ਨੇੜੇ ਹੋ ਕੇ ਟਰਾਲਾ ਦਿਖਾ ਬਾਈ। ਇਹਦੇ ਵਿੱਚ ਕੀ ਲਾਇਆ ਬਾਈ, ਦੱਸਿਆ ਡਿਟੇਲ ਨਾਲ ਮਾੜਾ ਜਿਹਾ ਵੀ, ਕੀ ਸਿਸਟਮ ਇਹਦੇ ਵਿੱਚ? ਇਹਦੇ 'ਚ ਵੀਰੇ ਸਾਰਾ ਕੁਝ ਲਾਇਆ, ਜਾਲੀਆਂ ਜਿਵੇਂ ਟਾਕੀਆਂ ਦੀਆਂ ਹੋ ਗਈਆਂ, ਠੀਕ ਆ, ਟਾਇਰਾਂ 'ਚ ਲਾਏ ਪਾਏ ਹੋਏ ਆ, ਟਾਇਰਾਂ ਦੇ ਵਿੱਚ ਲਾਏ ਪਾਤੇ ਆ ਜੀ। ਹਾਂਜੀ ਜੀ। ਅਤੇ ਬਾਕੀ ਬਾਈ ਆ ਟਾਇਰਾਂ ਦੇ ਵਿੱਚ ਤੁਸੀਂ ਲਾਏ ਦੇਖ ਸਕਦੇ ਹੋ, ਇੱਧਰਲੇ ਪਾਸੇ ਜਿਹੜੀਆਂ ਕੁੰਡੀਆਂ ਕੰਡੀਆਂ ਯਾਰ, ਇਹ ਬਾਈ ਇਹ ਵੀ ਟੀਨ ਦੇ ਉਹਦੀਆਂ ਬਣਦੀਆਂ? ਹਾਂਜੀ, ਇਹ ਵੀਰੇ ਤਾਰ ਦੀਆਂ ਕੁੰਡੀਆਂ ਬਣਾਈਆਂ ਹੋਈਆਂ। ਵਾਹ ਜੀ ਵਾਹ, ਤਾਰ ਦੀਆਂ ਬਾਈ ਕੁੰਡੀਆਂ ਬਣਾ ਕੇ ਲਾਈਆਂ ਹੋਈਆਂ, ਆਹ ਜਿਹੜੀ ਪੌੜੀ ਹੁੰਦੀ ਹੈ ਚੜ੍ਹਨ ਵਾਲੀ ਉਹ ਬਣਾਈ ਹੋਈ ਆ। ਮੁੱਲ ਕੁੱਲ ਮਿਲਾ ਕੇ ਯਾਰ ਤੁਸੀਂ ਅਸਲੀ ਟਰਾਲਾ ਖੜਾ ਲਓਗੇ ਤੁਸੀਂ ਫਰਕ ਨਹੀਂ ਲੱਭ ਸਕਦੇ ਹੋ। ਸੰਗਲੀਆਂ ਵੀ ਦੇਖ ਸਕਦੇ ਹੋ, ਟੰਗੀਆਂ ਦਿਖਾ ਬਾਈ ਨੇੜੇ ਹੋ ਕੇ, ਆਹ ਸੰਗਲੀਆਂ ਵੀ ਟੰਗੀਆਂ ਹੋਈਆਂ ਬਾਈ, ਆ ਲਾਈਟਾਂ ਵੀ ਲਾਈਆਂ ਹੋਈਆਂ, ਅਤੇ ਇੱਧਰਲੇ ਪਾਸੇ ਦਿਖਾ ਦੀ ਬਈ ਪੇਂਟ ਕਰਦੇ ਉੱਤੇ ਬਾਅਦ ਚੋਂ? ਹਾਂਜੀ ਵੀ, ਪੇਂਟ ਆਪੇ ਕਰਦੇ ਆ ਵੀ, ਠੀਕ ਆ। ਅਤੇ ਮੂਹਰਲੀ ਬਾਡੀ ਵੀ ਇਹਦੀ ਟੀਨ ਦੀ ਬਣਦੀ ਹੈ ਬਾਈ? ਹਾਂਜੀ, ਸਾਰਾ ਕੁਝ ਟੀਨ ਦੀ ਬਣਦੀ ਹੈ ਪੀਪੇ। ਅਤੇ ਭਾਰਾ ਬਾਈ ਕਿਵੇਂ ਆ, ਥੱਲੇ ਕੀ ਸਿਸਟਮ ਲੱਗਿਆ ਇਹਦੇ ਨਾਲ? ਥੱਲੇ ਵੀਰੇ ਇਹਦੀ ਲੱਕੜੀ ਦੀ ਚਾਸੀ ਬਣਾਈ ਹੋਈ ਹੈ ਸਾਰੀ। ਅੱਛਾ, ਲੱਕੜੀ ਚਾਸੀ ਬਣਾਈ ਆ, ਬਾਰੀਆਂ ਖੋਲਦੀਆਂ ਮੈਂ ਤੁਹਾਨੂੰ ਦਿਖਾਉਣਾ ਬਾਈ। ਐਂ ਬਾਰੀਆਂ ਖੋਲਦੀਆਂ ਨੇ, ਅੰਦਰੋਂ ਵੀ ਜੇ ਤੁਸੀਂ ਨਾ ਝਾਤੀ ਮਾਰੋਗੇ ਵੀ, ਕਈ ਵਾਰ ਤਾਂ ਬੰਦਾ ਐਂ ਸੋਚਦਾ ਯਾਰ ਬਈ ਅੰਦਰੋਂ ਕੁਛ ਨਹੀਂ ਹੋਣਾ, ਵੀ ਬਾਹਰੋਂ ਬਾਹਰੋਂ ਉਹ ਕਰਤਾ ਨਾ, ਅਤੇ ਪਰ ਅੰਦਰੋਂ ਵੀ ਜਦ ਦਿਖਾਓਗੇ ਨਾ ਪੂਰਾ ਉਹ ਲੱਗਿਆ ਹੋਇਆ ਸਾਰਾ ਕੁਛ। ਸਟੀਅਰਿੰਗ ਵੀ ਲਾਇਆ ਨਾ ਬਾਈ, ਸਟੀਅਰਿੰਗ ਮੈਂ ਤੁਹਾਨੂੰ ਦਿਖਾਉਣਾ ਜਿਹੜਾ ਲੱਗਿਆ ਹੋਇਆ ਬਾਈਆਂ ਨੇ ਯਾਰ, ਉਹ ਦੇਖ ਸਕਦੇ ਤੁਸੀਂ, ਸਟੀਅਰਿੰਗ ਵੀ ਲਾਇਆ ਹੋਇਆ ਇਹਦੇ ਵਿੱਚ, ਅਤੇ ਅੰਦਰੋਂ ਤੁਸੀਂ ਡੈਸ਼ਬੋਰਡ ਦੇਖ ਸਕਦੇ, ਇੰਟੀਰੀਅਰ ਵੀ ਮੰਨ ਕੇ ਚਲੋ ਫੁੱਲ ਘੈਂਟ ਤਿਆਰ ਕੀਤਾ ਵਾ। ਅਤੇ ਬਾਕੀ ਤੁਸੀਂ ਇੱਧਰਲੇ ਪਾਸੇ ਚੀਜ਼ ਦੇਖੋ ਪਹਿਲਾਂ ਤਾਂ, ਜਿਹੜੀ ਕਮਾਲ ਕੀਤੀ ਹੋਈ ਹੈ ਜਮਾ, ਹੈ ਨਾ। ਅਤੇ ਫਿਰ ਮੈਂ ਤੁਹਾਨੂੰ ਇੱਧਰਲੇ ਪਾਸੇ ਦਿਖਾਉਣਾ, ਆਹ ਬਾਈ ਕਿਹੜਾ ਆ ਗਿਆ ਆਪਣਾ? ਇਹ ਤੇਲ ਵਾਲਾ ਟੈਂਕਰ ਹੈ ਜੀ। ਤੇਲ ਵਾਲਾ ਟੈਂਕਰ, ਠੀਕ ਆ। ਇਹ ਵੀ ਬਣਾਇਆ ਹੋਇਆ ਬਾਈ ਇਹਨਾਂ ਦਾ, ਇਹਦਾ ਮੈਂ ਤੁਹਾਨੂੰ ਉੱਧਰਲੇ ਪਾਸੇ ਜਾ ਕੇ ਦਿਖਾਉਣਾ ਜਿਹੜਾ, ਅਤੇ ਸਾਹਮਣਿਓ ਆਹ ਵੀ ਯਾਰ ਕਮਾਲ ਕੀਤਾ ਪਿਆ ਜਮਾ ਬਾਈ। ਅਤੇ ਬਾਈ ਇਹ ਕਿਵੇਂ ਬਾਈ, ਅਸਲੀ ਟਰੱਕ ਨੂੰ ਦੇਖ ਕੇ ਬਣਾਉਣੇ ਹੋ ਬਾਈ ਇਹ ਚੀਜ਼ਾਂ? ਹਾਂਜੀ, ਠੀਕ ਆ ਬਾਈ।
ਤੇ ਇਹਦੇ ਵਿੱਚ ਖਰਚਾ ਬਈ ਕਿੰਨਾ ਆ ਜਾਂਦਾ, ਜਿਵੇਂ ਆਹ ਤੁਸੀਂ ਆਹ ਟਰੱਕ ਤਿਆਰ ਕੀਤਾ, ਆਹ ਕੀਤਾ, ਆਹ ਕੀਤਾ, ਇਹਦਾ ਖਰਚਾ ਕਿੰਨਾ? ਖਰਚਾ ਤਾਂ ਕੋਈ ਨਹੀਂ ਵੀਰੇ, ਤਾਂ ਬਸ ਜਾਨੀ ਕਿ ਘਰ ਜਿਹੜਾ ਸਮਾਨ ਪਿਆ ਹੁੰਦਾ ਉਹ ਲਾ ਕੇ ਤਿਆਰ ਕਰੇ ਹੋਏ ਸਾਰੇ ਵੇ ਘਰੇ, ਘਰ ਦਾ ਸਮਾਨ ਲਾ ਕੇ? ਹਾਂਜੀ ਠੀਕ ਆ ਬਾਈ, ਜਿੰਨਾ ਵੀ ਇੱਥੇ ਤੁਹਾਨੂੰ ਸਮਾਨ ਦਿਸਦਾ ਇਧਰਲੇ ਪਾਸੇ, ਆਹ ਟਾਟਾ ਦਾ ਆ ਗਿਆ, ਆਹ ਟਰੱਕ ਆ ਗਿਆ, ਆਹ ਟਰੱਕ ਆ ਗਿਆ, ਆਹ ਟਰੱਕ ਆ ਗਿਆ, ਅਤੇ ਇਹ ਸਾਰੇ ਬਈ ਆਹ ਟੀਨ ਦਾ ਜਿਹੜਾ ਪੀਪਾ ਪਿਆ ਸਿਰਫ ਇਹਦਾ ਬਣਦਾ, ਜਿਹਨੂੰ ਆਪਾਂ ਸਿੱਟ ਦਿੰਦੇ ਹੁੰਦੇ ਹੈ ਨਾ, ਉਹਦਾ ਬਣਦਾ ਵਾ, ਅਤੇ ਬਾਕੀ ਮੈਂ ਤੁਹਾਨੂੰ ਦਿਖਾ ਦੇਣਾ ਚਾਹੁੰਦਾ ਬਈ, ਅਤੇ ਇਕੱਲੀ ਇਕੱਲੀ ਚੀਜ਼ ਬਣਾਈ ਹੋਈ ਆ ਇੱਧਰਲੇ ਪਾਸੇ ਬਈ। ਬਈ ਆਹ ਕਿਵੇਂ ਬਣਾਇਆ ਵਾ? ਇਹ ਵੀ ਵੀਰੇ ਟੀਨ ਦੇ ਪੀਪੇ ਦਾ ਹੀ ਤਿਆਰ ਕਰਿਆ ਹੋਇਆ। ਪਹਿਲਾਂ ਦੇਖ ਕੇ ਹੈ ਬਈ? ਹਾਂਜੀ ਅਸਲੀ ਬਈ, ਅਸਲੀ ਟੈਂਪੂ ਨੂੰ ਦੇਖ ਕੇ ਉਹ ਤੋਂ ਫਿਰ ਟੀਨ ਦਾ ਬਣਾ ਕੇ ਹੈ ਨਾ, ਦੇਖੋ ਅੰਦਰੋਂ ਵੀ, ਦੇਖੋ ਅੰਦਰੋਂ ਵੀ ਯਾਰ ਕਮਾਲ ਕੀਤੀ ਪਈ ਹੈ, ਸਟੀਅਰਿੰਗ ਸਟੂਰਿੰਗ ਲਾ ਕੇ ਹੈ ਨਾ। ਕਿੰਨਾ ਕੁ ਟਾਈਮ ਹੋ ਗਿਆ ਬਾਈ ਇਹਨੂੰ ਬਣਾਏ ਨੂੰ? ਇਹਨੂੰ ਵੀਰੇ ਹੋ ਗਏ 3 ਕੁ ਮਹੀਨੇ ਹੋ ਗਏ ਇਹਨੂੰ ਤਿਆਰ ਕਰੇ। 3 ਮਹੀਨੇ ਹੋ ਗਏ ਬਾਈ, 3 ਮਹੀਨੇ ਹੋ ਗਏ ਜੀ ਤਿਆਰ ਕਰੇ ਨੂੰ, ਅਤੇ ਇਹਦੇ ਵਿੱਚ ਚੱਲਦਾ ਵੀ ਹੋ ਜਾਂਦਾ ਹੁੰਦਾ ਇਹ? ਹਾਂਜੀ ਵੀਰੇ ਮੋਟਰਾਂ ਲਾ ਕੇ ਚੱਲਦਾ ਹੋ ਜਾਂਦਾ, ਪਰ ਜਾਨੀ ਕਿ ਇੱਕ ਨਹੀਂ ਤਿਆਰ ਕਰੇ ਹੋਈਆਂ ਸਾਰੀਆਂ ਚੀਜ਼ਾਂ ਹਜੇ ਤਾਂ। ਠੀਕ ਆ, ਹਾਂ ਇਹ ਬਾਈ ਵੈਸੇ ਚੱਲਦੇ ਵੀ ਹੋ ਜਾਂਦਾ। ਇੱਧਰਲੇ ਪਾਸੇ ਆਸ਼ਾ ਟਰੈਕਟਰ ਤਿਆਰ ਕੀਤਾ ਜੀ, ਅਤੇ ਇਹਦੇ ਵਿੱਚ ਵੀ ਮੰਨ ਕੇ ਚਲੋ ਯਾਰ ਕਮਾਲ ਕੀਤੀ ਪਈ ਆ ਅੰਦਰਲੇ ਪਾਸਿਓ ਵੀ। ਕਈ ਵਾਰ ਤਾਂ ਆਪਾਂ ਸੋਚਦੇ ਹਾਂ ਯਾਰ ਬਈ, ਕਈ ਬੰਦੇ ਕੀ ਕਰਦੇ ਆ ਵੀ ਬਾਹਰੋਂ ਬਾਡੀ ਤਿਆਰ ਕਰਕੇ ਅੰਦਰੋਂ ਉਹ ਕਰ ਦਿੰਦੇ ਆ, ਪਰ ਇਹਦੇ ਵਿੱਚ ਇਹ ਨਹੀਂ ਕੀਤਾ ਹੋਇਆ। ਇਹਦੇ ਵਿੱਚ ਅੰਦਰੋਂ ਵੀ ਇੰਟੀਰੀਅਰ ਵੀ ਉਵੇਂ ਦਾ ਬਣਾਇਆ ਹੋਇਆ ਜਿਵੇਂ ਤੁਹਾਨੂੰ ਬਾਹਰੋਂ ਲੱਗਦਾ, ਜਿਵੇਂ ਅੰਦਰੋਂ ਹੁੰਦਾ ਨਾ ਸਿਸਟਮ ਹਰੇਕ ਚੀਜ਼ ਦਾ ਇੰਟੀਰੀਅਰ, ਉਵੇਂ ਬਈ ਬਾਹਰੋਂ ਤਿਆਰ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ। ਅਤੇ ਬਾਕੀ ਇੱਧਰਲੇ ਬਾਈ ਜੀਪ ਤਿਆਰ ਕੀਤੀ ਹੋਈ ਆ, ਇੱਧਰਲੇ ਪਾਸੇ 60-61 ਫਿਰ ਨਿਊ ਹੋਲੈਂਡ 36-30, ਅਤੇ ਬਈ ਇੱਧਰਲੇ ਪਾਸੇ ਤੁਹਾਨੂੰ ਮੈਂ ਦਿਖਾ ਦਿੰਦਾ ਨਾ। ਅਤੇ ਬਾਕੀ ਕੁੱਲ ਮਿਲਾ ਕੇ ਘੈਂਟ ਗੱਲਬਾਤ ਆ, ਅਤੇ ਬਾਕੀ ਬਾਈ ਜੇ ਕੋਲ ਮਾਡਲ ਵੀ ਹੁੰਦੇ ਆ ਵੀ ਬਈ ਆਪ ਹੀ ਤਿਆਰ ਕੀਤੇ ਛੋਟੇ? ਇਹ ਵੀ ਹੱਥਾਂ ਨਾਲ ਤਿਆਰ ਕਰੇ ਹੋਏ ਵੀਰੇ ਟੀਨ ਦੇ ਹੀ। ਠੀਕ ਆ, ਆਹ ਵੀ ਟੀਨ ਦੇ ਬਾਈ ਤਿਆਰ ਕੀਤੇ ਦੇਖ ਸਕਦੇ ਹੋ ਤੁਸੀਂ ਯਾਰ। ਅਤੇ ਇਹੋ ਜਿਹੀ ਕਲਾ ਮੈਨੂੰ ਨਹੀਂ ਲੱਗਦਾ ਕਿ ਆਮ ਬੰਦੇ ਦੇ ਵਿੱਚ ਹੁੰਦੀ ਆ ਬਾਈ। ਸ਼ੌਂਕ ਕਿਵੇਂ ਬਾਈ, ਕੀ ਸਿਸਟਮ ਸੀਗਾ ਬਾਈ ਇਹਦਾ ਸ਼ੌਂਕ ਦਾ? ਸ਼ੌਂਕ ਵੀਰੇ ਬਸ ਸ਼ੁਰੂ 'ਚ ਟਰੱਕਾਂ ਟਰੁੱਕਾਂ ਟਰੈਕਟਰਾਂ ਦਾ ਸ਼ੌਂਕ ਹੈ। ਠੀਕ ਆ, ਅਤੇ ਆਮ ਬੰਦਾ ਤਾਂ ਬਈ ਮੇਰੇ ਖਿਆਲ ਨਾਲ ਤਾਂ ਨਹੀਂ ਇਹ ਚੀਜ਼ਾਂ ਬਣਾ ਸਕਦਾ ਨੇ। ਇੱਧਰਲੇ ਪਾਸੇ ਤੂੜੀ ਵਾਲੀ ਟਰਾਲੀ ਬਣਾਈ ਹੋਈ ਹੈ ਜੀ। ਆਹ ਫਿਰ ਕਿਹੜਾ ਮੋਟਰ ਵਾਲਾ ਕੋਠਾ ਬਣਾਤਾ ਬਾਈ? ਹਾਂਜੀ ਲਓ ਜੀ, ਇਹਦੇ ਵਿੱਚ ਪੱਖਾ ਲਾਇਆ ਯਾਰ, ਇਕੱਲੀ ਇਕੱਲੀ ਜਿਹੜੀ ਜਿਹੜੀ ਵੀ ਚੀਜ਼ ਇਹਦੇ ਵਿੱਚ ਲੱਗੀ ਆ। ਪਲਾਸਟਿਕ ਦਾ ਲਾਇਆ ਬਾਈ? ਹਾਂਜੀ ਪਲਾਸਟਿਕ ਦਾ ਬਾਈ ਪੱਖਾ ਲਾਇਆ। ਅਤੇ ਇੱਧਰਲੇ ਪਾਸੇ ਗੇਟ ਖੋਲ੍ਹਦਾ ਕੀਤਾ, ਕੁੰਡਾ ਵੀ ਦੇਖ ਸਕਦੇ ਤੁਸੀਂ ਇਹਦੇ ਲੱਗਿਆ। ਲਓ ਜੀ ਇਹਦੇ ਵਿੱਚੋਂ ਐਂ ਗੇਟ ਖੁੱਲ੍ਹ ਜੂਗਾ, ਆਹ ਦੇਖੋ ਇਹ ਗੇਟ ਖੁੱਲ੍ਹ ਗਿਆ ਯਾਰ। ਸਿਰਾ ਕੀਤਾ ਪੈ ਜਾਵਾਂ, ਇੱਧਰਲੇ ਪਾਸੇ ਆ ਗਿਆ ਬਾਈ ਜਨਰੇਟਰ, ਫਿਰ ਆ ਗਈ ਆ ਮਸ਼ੀਨ, ਟੋਕਾ ਆ ਗਿਆ ਨਾ ਜੀ। ਅਤੇ ਇਹਦੇ ਵਿੱਚ ਬਾਈ ਹੁਣ ਜੇ ਕੋਈ ਬੰਦਾ ਕਹਿੰਦਾ ਵੀ ਮੈਂ ਬਣਵਾਉਣਾ, ਅਤੇ ਉਹ ਬਣਾ ਦੋਗੇ ਤੁਸੀਂ? ਹਾਂਜੀ ਵੀਰ ਬਣਾ ਦੂੰਗੇ ਜੀ। ਜੇ ਕਿਸੇ ਨੂੰ ਜਿਵੇਂ ਆਹ ਟਰਾਲਾ ਖੜਾ ਇੱਧਰਲੇ ਪਾਸੇ, ਜੇ ਕਿਸੇ ਨੂੰ ਇਹ ਪਸੰਦ ਆਉਂਦਾ, ਜਾਂ ਕਈ ਵਾਰੀ ਬੰਦਾ ਟਰਾਲਾ ਚਲਾਉਂਦਾ ਹੁੰਦਾ ਉਹ ਕਹਿੰਦਾ ਵੀ ਇਹਦੇ ਮਾਡਲ ਜਿਵੇਂ ਨਹੀਂ ਮਿਲਦੇ ਆਮ, ਹੈ ਨਾ, ਅਤੇ ਇਹ ਮਾਡਲ ਕਹਿੰਦਾ ਵੀ ਅਗਲਾ ਕਹਿੰਦਾ ਬਣਵਾਉਣਾ ਮੈਂ, ਅਤੇ ਬਣਾ ਦੋਗੇ ਤੁਸੀਂ? ਹਾਂਜੀ ਉਹਨੂੰ ਤਿਆਰ ਕਰਕੇ ਦੇ ਦੂੰਗਾ ਜੀ, ਆਰਡਰ 'ਤੇ ਤਿਆਰ ਕਰ ਦੂੰਗਾ। ਹਾਂਜੀ ਆਰਡਰ 'ਤੇ ਤਿਆਰ ਕਰ ਦੇਣਗੇ ਬਾਈ, ਮੈਂ ਨੰਬਰ ਬਾਈ ਦਾ ਪਾ ਦੂੰਗਾ। ਅਤੇ ਮੈਨੂੰ ਨਹੀਂ ਲੱਗਦਾ ਯਾਰ ਇਹ ਚੀਜ਼ਾਂ ਆਮ ਬੰਦਾ ਬਣਾ ਸਕਦਾ, ਅਤੇ ਬਹੁਤ ਕਮਾਲ ਕੀਤੀ ਪਈ ਹੈ ਯਾਰ ਅਸੀਂ ਉਹ ਦੇਖੀ ਪਹਿਲੀ, ਅਸੀਂ ਵੀ ਹੈਰਾਨ ਰਹਿ ਗਏ। ਉਮੀਦ ਆ ਵੀ ਤੁਸੀਂ ਵੀ ਹੈਰਾਨ ਹੋਵੋਗੇ ਇਹ ਚੀਜ਼ਾਂ ਦੇਖ ਕੇ, ਅਤੇ ਬਾਈ ਦੀ ਕਲਾ ਨੂੰ ਜ਼ਰੂਰ ਸਪੋਰਟ ਕਰਿਓ ਯਾਰ। ਬਾਈ ਪੇਜ ਹੈਗਾ ਆਪਣਾ ਕੋਈ, ਵੀਡੀਓ ਪਾਉਣੇ ਪੇਜ 'ਤੇ? ਪਾਉਂਦੇ ਨਹੀਂ ਗਏ? ਠੀਕ ਆ, ਅਤੇ ਕੋਈ ਗੱਲ ਨਹੀਂ ਬਾਈ, ਜੇ ਕੋਈ ਬਾਈ ਦਾ ਪੇਜ ਵਗੈਰਾ ਹੋਇਆ ਤਾਂ ਮੈਂ ਮੈਂਸ਼ਨ ਕਰ ਦੂੰਗਾ ਵਿੱਚ, ਬਾਕੀ ਸ਼ੇਅਰ ਕਰਿਓ ਦੱਬ ਕੇ ਬਾਈ। ਕੰਟੈਕਟ ਨੰਬਰ ਬੋਲ ਦੇ ਇੱਕ ਵਾਰੀ, 98-762-4264। ਠੀਕ ਆ ਜੀ, ਇਹ ਨੰਬਰ 'ਤੇ ਬਾਈ ਬਾਈਆਂ ਨਾਲ ਕਰ ਲਿਓ ਸੰਪਰਕ, ਘੈਂਟ ਗੱਲਬਾਤ ਆ ਯਾਰ, ਸਪੋਰਟ ਜ਼ਰੂਰ ਕਰਿਓ। ਧੰਨਵਾਦ, ਅਤੇ ਨੰਬਰ ਬਾਈ ਦਾ ਪਾ ਦੂੰਗਾ ਜੇ ਕਿਸੇ ਨੇ ਆਰਡਰ 'ਤੇ ਤਿਆਰ ਕਰਾਉਣੇ। ਧੰਨਵਾਦ।